ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਹਰਿਆਣਾ ਦੇ ਪਿੰਡ ਸੂਬਾ ਖੇੜੀ ਦੀ ਅਮਨਪਾਲ ਕੌਰ ਜੋ ਕਿ ਤਲਵੰਡੀ ਸਾਬੋ ਦੇ ਨਜ਼ਦੀਕੀ ਪਿੰਡ ਬ੍ਰਹਮਣ ਕੌਰ ਸਿੰਘ ਵਾਲਾ ਵਿਖੇ ਵਿਆਹੀ ਹੋਈ ਸੀ ਦੀ ਤਕਰੀਬਨ ਹਫ਼ਤਾ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਸਲਫਾਸ ਦੇ ਕੇ ਮੌਤ ਕਰ ਦਿੱਤੀ ਗਈ, ਜਿਸ ਸੰਬੰਧੀ ਅੱਜ ਮੌੜ ਅਤੇ ਰਾਮਾ ਰੋਡ 'ਤੇ ਇੱਕ ਵੱਡਾ ਜਾਮ ਲਾ ਦਿੱਤਾ ਗਿਆ। ਇਸ ਸਮੇਂ ਹਰਿਆਣਾ ਦੇ ਤਕਰੀਬਨ 15 ਪਿੰਡਾਂ ਦੇ ਲੋਕ ਇਸ ਧਰਨੇ ਵਿੱਚ ਮੌਜੂਦ ਸਨ। ਧਰਨੇ ਵਿੱਚ ਬੈਠੀ ਅਮਨਪਾਲ ਦੀ ਮਾਤਾ ਕੁਲਵੰਤ ਕੌਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਦੀ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਦਾਜ ਦਹੇਜ ਦੀ ਵੀ ਮੰਗ ਕੀਤੀ ਜਾ ਰਹੀ ਸੀ। ਮਾਤਾ ਨੇ ਦੱਸਿਆ ਕਿ ਬੀਤੀ 27 ਤਰੀਕ ਨੂੰ ਮੇਰੀ ਲੜਕੀ ਦੇ ਘਰ ਵਾਲੇ ਪਿੰਦਰ ਸਿੰਘ, ਸੱਸ ਚਿੰਦਰ ਕੌਰ ਅਤੇ ਚਾਚਾ ਸਹੁਰਾ ਕੁਲਵੰਤ ਸਿੰਘ ਵੱਲੋਂ ਸਲਫਾਸ ਦੇ ਕੇ ਮਾਰ ਦਿੱਤਾ ਗਿਆ। ਧਰਨੇ ਵਿੱਚ ਬੈਠੇ ਹਲਕਾ ਕਾਲਿਆਂਵਾਲੀ ਦਾ ਸ਼੍ਰੋਮਣੀ ਅਕਾਲੀ ਦਲ ਦੇ MLA ਬਲਕੌਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਵਰਤੀ ਜਾ ਰਹੀ ਹੈ। ਮੇਰਾ ਹਲਕਾ ਕਾਲਿਆਂਵਾਲੀ ਤੋਂ ਮੈਂ ਮੌਜੂਦਾ MLA ਜੀ, ਉਸ ਪਿੰਡ ਦੇ ਕੰਸਟੀਚੂਸੀ ਦਾ ਪਿੰਡ ਹੈ ਸੂਬਾ ਖੇੜਾ, ਉੱਥੋਂ ਦੀ ਲੜਕੀ ਹੈ ਜਿਹੜੀ ਕਿ ਇੱਥੇ ਵਿਆਹੀ ਸੀ ਬ੍ਰਹਮਣ ਕੌਰ ਸਿੰਘ, ਉਹਨਾਂ ਨੇ ਸਹੁਰਾ ਪਰਿਵਾਰ ਨੇ ਜਿਹੜੇ ਕਿ ਕਿਸੇ ਲਾਲਚ ਵਸ ਆ ਕੇ ਉਹ ਕੁੜੀ ਦੀ ਹੱਤਿਆ ਕਰ ਦਿੱਤੀ ਹੈ, ਕਤਲ ਕਰ ਦਿੱਤਾ ਗਿਆ। ਅਤੇ ਪਰਿਵਾਰ ਨੇ ਕਈ ਦਿਨਾਂ ਤੱਕ ਪ੍ਰਸ਼ਾਸਨ ਦੀ ਉਡੀਕ ਕੀਤੀ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਲਾਰੇ ਲੱਪਿਆਂ ਦੇ ਪੁਲਿਸ 'ਤੇ ਰੱਖਿਆ ਹੈ, ਪਰ ਅਜੇ ਤੱਕ ਉਹ ਇੱਕੋ ਬੰਦਾ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਮੰਗ ਹੈ ਕਿ ਜਿਹੜੇ ਦੋਸ਼ੀ ਨੇ ਦੋ ਬਾਹਰ ਫਿਰਦੇ ਨੇ ਅਤੇ ਉਹ ਪਰਿਵਾਰ ਉਹ ਚਾਹੁੰਦਾ ਹੈ ਕਿ ਉਹਨਾਂ ਨੂੰ ਵੀ ਦੋਸ਼ੀਆਂ ਨੂੰ ਵੀ ਜਿਹੜਾ ਕਿ ਜੇਲ੍ਹ 'ਚ ਸੁੱਟਿਆ ਜਾਵੇ। ਇਸ ਕਰਕੇ ਜਦੋਂ ਨਾ ਬੇਭਰੋਸਗੀ ਜਦੋਂ ਪ੍ਰਸ਼ਾਸਨ 'ਤੇ ਹੋਈ ਹੈ ਤਾਂ ਪ੍ਰਸ਼ਾਸਨ ਨੇ ਲਾਰਾ ਲਾਉਣ ਦੀ ਜਦੋਂ ਕੋਸ਼ਿਸ਼ ਕੀਤੀ ਹੈ ਤਾਂ ਇਹ ਧਰਨਾ ਜਿਹੜਾ ਲੋਕਾਂ ਨੇ ਆ ਕੇ ਸਾਰੇ ਪਿੰਡਾਂ 'ਚੋਂ ਦਿੱਤਾ ਹੈ, ਉਹਨਾਂ ਦੇ ਨਾਲ ਮੈਂ ਵੀ ਇੱਥੇ ਧਰਨੇ 'ਤੇ ਸਵੇਰ ਦੇ ਆ ਕੇ ਬੈਠੇ ਹਾਂ ਔਰ ਉੱਨੀ ਦੇਰ ਤੱਕ ਧਰਨਾ ਰਹੂਗਾ ਜਿੰਨੀ ਦੇਰ ਤੱਕ ਇਹਨਾਂ ਲੋਕਾਂ ਨੂੰ ਨਿਆਂ ਨਹੀਂ ਮਿਲਦਾ। ਇਸ ਸੰਬੰਧੀ ਜਦੋਂ DSP ਤਲਵੰਡੀ ਸਾਬੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ, ਜਦੋਂ ਕਿ ਇੱਕ ਦੋਸ਼ੀ ਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਰਹਿੰਦੇ ਦੋ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਤਿੰਨ ਦੋਸ਼ੀ ਨੇ ਜੀ, ਇਹਦੇ ਵਿੱਚ ਇੱਕ ਮੁੰਡਾ ਕੁੜੀ ਦੇ ਘਰ ਵਾਲਾ, ਉਹਦੀ ਸੱਸ ਅਤੇ ਚਾਚਾ, ਤਿੰਨ ਦੋਸ਼ੀ ਨੇ। ਅਤੇ ਮਾਨਯੋਗ SSP ਸਾਹਿਬ ਨੇ ਕਿਹਾ ਕਿ ਧਰਨਾ ਛਕਾਤਾ ਸੀ, ਅਸੀਂ ਟੀਮਾਂ ਭੇਜੀਆਂ ਹੋਈਆਂ, ਜਲਦੀ ਤੋਂ ਜਲਦੀ ਗ੍ਰਿਫਤਾਰ ਕਰ। ਦੋ ਬੰਦਿਆਂ ਦੀ ਗ੍ਰਿਫਤਾਰੀ ਬਾਕੀ ਹੈ, ਦੋ ਦੀ ਬਾਕੀ। ਤਲਵੰਡੀ ਸਾਬੋ ਤੋਂ ਜਸਵੀਰ ਸਿੱਧੂ ਦੀ ਰਿਪੋਰਟ, ਚੜ੍ਹਦੀ ਕਲਾ, TIME TV।